ਸਾਨੂੰ ਇੱਥੇ 10ਵੀਂ ਦਿਨ ਹੋ ਗਿਆ ਕਲਾਸਾਂ ਲਾਉਂਦੇ ਹੋਏ, ਅਤੇ ਸਾਡੇ ਸਕੂਲ 'ਚ ਜਿਹੜਾ ਪਾਣੀ ਭਰ ਗਿਆ ਸੀਗਾ ਬਹੁਤ, ਜਿਸ ਕਰਕੇ ਸਾਡਾ ਸਕੂਲ ਡੁੱਬ ਗਿਆ ਸੀਗਾ। ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਅਧਿਆਪਕ ਸਾਹਿਬਾਨਾਂ ਦਾ, ਜਿਨ੍ਹਾਂ ਨੇ ਸਾਡਾ ਆਪਦਾ ਕੀਮਤੀ ਸਮਾਂ ਕੱਢ ਕੇ ਸਾਨੂੰ ਇੱਥੇ ਪੜ੍ਹਾ ਰਹੇ ਆ। ਸਾਨੂੰ ਉੱਥੇ ਇੰਨੀ ਵਧੀਆ ਸਹੂਲਤ ਤਾਂ ਨਹੀਂ ਮਿਲਦੀ, ਪਰ ਫਿਰ ਵੀ ਅਸੀਂ ਇੱਥੇ ਵਧੀਆ ਪੜ੍ਹ ਰਹੇ ਹਾਂ, ਸਾਡੀ ਪੜ੍ਹਾਈ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾਗਾ। ਅਤੇ ਬਸ ਮੈਂ ਆਪਦੇ ਅਧਿਆਪਕਾਂ ਦਾ ਧੰਨਵਾਦ ਹੀ ਕਰਨਾ ਚਾਹੁੰਦੀ ਹਾਂ ਵੀ ਉਹਨਾਂ ਕੀਮਤੀ ਸਮਾਂ ਕੱਢ ਕੇ ਸਾਨੂੰ ਪੜ੍ਹਾ ਰਹੇ ਹਨ। ਅਸੀਂ ਸਰਕਾਰ ਤੋਂ ਹੀ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਡੇ ਸਕੂਲ ਤੋਂ ਛੇਤੀ ਛੇਤੀ ਪਾਣੀ ਕਢਵਾਇਆ ਜਾਵੇ ਅਤੇ ਅਸੀਂ ਉੱਥੇ ਜਾ ਕੇ ਆਪਦੀ ਅੱਗੇ ਦੀ ਪੜ੍ਹਾਈ ਹੋਰ ਪੂਰੀ ਕਰ ਸਕੀਏ। ਬਹੁਤ ਸਮੇਂ ਤੋਂ ਬਹੁਤ ਦਿਨਾਂ ਤੋਂ ਬਾਰਿਸ਼ ਪੈਂਦੀ ਆ ਰਹੀ ਹੈ, ਇਸ ਕਰਕੇ ਸਾਡੇ ਸਕੂਲ ਵਿੱਚ ਪਾਣੀ ਬਹੁਤ ਖੜ ਗਿਆ ਹੈ ਅਤੇ ਸਾਡਾ ਸਕੂਲ ਡੁੱਬ ਗਿਆ ਹੈ, ਜਿਸ ਕਰਕੇ ਅਸੀਂ ਇੱਥੇ ਗੁਰਦੁਆਰੇ ਵਿੱਚ, ਸਾਡੇ ਪਿੰਡ ਦੇ ਗੁਰਦੁਆਰੇ ਵਿੱਚ ਸਕੂਲ ਸਾਡਾ ਲੱਗ ਰਿਹਾ ਹੈ। ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਅਧਿਆਪਕਾਂ ਦਾ ਕਿ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ ਕਿ ਸਾਡਾ ਸਕੂਲ ਇੱਥੇ ਲਾਇਆ ਕਿ ਅਸੀਂ ਪੜ੍ਹਾਈ ਤੋਂ ਨਾ ਰਹਿ ਸਕੀਏ। ਇੱਦਾਂ ਅਸੀਂ ਇੱਥੇ ਵੀ ਵਧੀਆ ਪੜ੍ਹਾਇਆ ਜਾ ਰਿਹਾ ਹੈ, ਸਾਨੂੰ ਇੱਥੇ ਵੀ ਉਹੀ ਸਹੂਲਤਾਂ ਮਿਲ ਰਹੀਆਂ ਹਨ, ਤਾਂ ਕਿਰਪਾ ਕਰਕੇ ਸਾਨੂੰ ਵੀ ਸਾਡੇ ਸਕੂਲ 'ਚੋਂ ਪਾਣੀ ਕਢਵਾਇਆ ਜਾਵੇ ਤਾਂ ਕਿ ਅਸੀਂ ਫਿਰ ਦੁਬਾਰਾ ਤੋਂ ਅਸੀਂ ਸਕੂਲ ਵਿੱਚ ਆਪਣੇ ਪੜ੍ਹ ਸਕੀਏ। ਅਸੀਂ 10ਵੀਂ ਕਲਾਸ ਵਿੱਚ ਪੜ੍ਹਦੇ ਹਾਂ। ਅਸੀਂ ਸਕੂਲ ਦੀਆਂ ਕਲਾਸਾਂ ਕਹਿਣਾ ਚਾਹੁੰਦੇ ਹਾਂ ਵੀ ਬਰਸਾਤ ਦਾ ਪਾਣੀ ਜ਼ਿਆਦਾ ਹੋਣ ਕਰਕੇ, ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਕਰਕੇ ਸਕੂਲ ਦੇ ਵਿੱਚ ਕਲਾਸਾਂ ਲਾ ਰਹੇ ਨੇ। ਸਰਕਾਰ ਨੇ ਇਹੋ ਹੀ ਕਹਿਣਾ ਚਾਹੁੰਦੇ ਹਾਂ ਵੀ ਸਕੂਲ ਦੇ ਵਿੱਚ ਤਾਂ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਜਾਏ, ਭਰਤ ਪਾ ਕੇ ਉੱਚਾ ਕੀਤਾ ਜਾਵੇ, ਕਿਉਂਕਿ ਹਰੇਕ ਸਾਲ ਹੀ ਜਦੋਂ ਵੀ ਬਾਰਿਸ਼ ਆਉਂਦੀ ਹੈ ਬੱਚਿਆਂ ਦੀਆਂ ਕਲਾਸਾਂ ਇੱਥੇ ਹੀ ਲੱਗਦੀਆਂ ਹਨ। ਗੁਰਦੁਆਰਾ ਸਾਹਿਬ 'ਚ ਅਸੀਂ ਜਿੰਨੇ ਜੋਗੇ ਇਸ ਸਹਿਯੋਗ ਕਰਦੇ ਹਾਂ ਇਹਨਾਂ ਦਾ, ਸਰਕਾਰ ਤੋਂ ਵੀ ਇਹੋ ਹੀ ਮੰਗ ਕਰਦੇ ਹਾਂ ਵੀ ਬੱਚਿਆਂ ਦੀ ਜਿਹੜੀ ਪੜ੍ਹਾਈ ਖਰਾਬ ਨਾ ਹੋਵੇ, ਸਕੂਲ ਦਾ ਪ੍ਰਬੰਧ ਸੁਚੱਜਾ ਕੀਤਾ ਜਾਵੇ। ਅਸੀਂ ਲਗਭਗ ਪਿਛਲੇ 15 ਦਿਨਾਂ ਤੋਂ ਸਕੂਲ ਦੇ ਵਿੱਚ ਪਾਣੀ ਭਰ ਜਾਣ ਕਰਕੇ, ਖਾਸ ਕਰਕੇ ਜਿਹੜਾ ਮੇਨ ਰਸਤਾ ਉਹਦੇ 'ਤੇ ਲਗਭਗ 1.5-2 ਫੁੱਟ ਪਾਣੀ ਜਿਹੜਾ ਹੈਗਾ, ਮੀਂਹਾਂ ਦਾ ਪਾਣੀ ਤਾਂ ਹੈਗਾ ਹੀ ਹੈਗਾ, ਪਰ ਪਿਛਲੇ ਪਿੰਡਾਂ ਦੇ ਵਿੱਚੋਂ ਪਾਣੀ ਲਗਾਤਾਰ ਆ ਰਿਹਾ, ਔਰ ਸਕੂਲ ਦੇ ਆਸੇ ਪਾਸੇ ਖੇਤਾਂ ਦੇ ਵਿਚਾਲੇ ਸਾਡਾ ਸਕੂਲ ਹੈ, ਔਰ ਖੇਤਾਂ ਦੇ ਵਿੱਚੋਂ ਕੰਧਾਂ ਵਿੱਚ ਦੀ ਰਿਸ ਕੇ ਪਾਣੀ ਸਕੂਲ ਦੇ ਅੰਦਰ ਆਇਆ ਹੋਇਆ, ਔਰ ਲਗਭਗ ਫੁੱਟ 1.5-1.5 ਫੁੱਟ ਇੱਕ ਸਾਡੀ ਜਗ੍ਹਾ ਜਿਹੜੀ ਨੀਵੀਂ ਆ ਪਾਰਕ ਹੈ ਉਹਦੇ 'ਤੇ ਲਗਭਗ 2.5 ਫੁੱਟ ਪਾਣੀ ਹੈਗਾ। ਐਂਟਰੈਂਸ ਸਕੂਲ ਦੀ ਬਿਲਕੁਲ ਬੰਦ ਹੈ, 100 ਫੁੱਟ ਦੂਰੀ ਤੱਕ ਜਿਹੜਾ ਹੈਗਾ ਪਾਣੀ ਖੜ੍ਹਾ ਹੈਗਾ। ਬੱਚੇ ਅੰਦਰ ਨਹੀਂ ਜਾ ਸਕਦੇ, ਇਸ ਲਈ ਸਾਨੂੰ ਜਿਹੜਾ ਸਕੂਲ ਪਿਛਲੇ 15 ਦਿਨਾਂ ਤੋਂ ਲਗਭਗ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਾ ਰਹੇ ਹਾਂ। ਮੁਸ਼ਕਲ ਇੱਥੇ ਸਮੱਸਿਆ ਇਹ ਹੈ ਵੀ ਕਲਾਸਾਂ ਅਸੀਂ ਲਗਾ ਤਾਂ ਰਹੇ ਹਾਂ, ਪਰ ਕਲਾਸਾਂ ਦੇ ਵਿੱਚ ਕੋਈ ਵੰਡ ਨਾ ਹੋਣ ਕਰਕੇ, ਇਕੱਠੇ ਬੈਠੇ ਹੋਣ ਕਰਕੇ ਡਿਸਟਰਬੈਂਸ ਬਹੁਤ ਹੈਗੀ ਆ। 6ਵੀਂ ਤੋਂ 10ਵੀਂ ਕਲਾਸ ਅਸੀਂ ਇੱਥੇ ਲਗਾ ਰਹੇ ਹਾਂ। ਹਾਂਜੀ ਬਿਲਕੁਲ, ਜਿਸ ਦਿਨ ਹੀ ਅਸੀਂ ਸਕੂਲ ਇੱਥੇ ਲੈ ਕੇ ਆਉਂਦਾ, ਇੱਕ ਦਿਨ ਸਾਨੂੰ ਛੁੱਟੀ ਵੀ ਕਰਨੀ ਪਈ ਪਹਿਲੇ ਦਿਨ, ਅਗਲੇ ਦਿਨ ਫਿਰ ਅਸੀਂ ਜਦੋਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਗੁਰਦੁਆਰੇ ਕਲਾਸਾਂ ਲਗਾ ਸਕਦੇ ਹੋ। ਗੁਰਦੁਆਰਾ ਸਾਹਿਬ ਅਸੀਂ ਜਦੋਂ ਕਲਾਸਾਂ ਲਗਾਉਣ ਲਈ ਬੈਠੇ ਹਾਂ ਤਾਂ ਪਿੰਡ ਵਾਲਿਆਂ ਦਾ ਬਹੁਤ ਸਾਡੇ ਨਾਲ ਸਹਿਯੋਗ ਰਿਹਾ ਹੈਗਾ, ਪਰ ਪ੍ਰਸ਼ਾਸਨ ਵੱਲੋਂ ਜੇ ਦੇਖੀਏ ਤਾਂ ਪ੍ਰਸ਼ਾਸਨ ਵੱਲੋਂ ਕੋਈ ਜੇ ਬਹੁਤਾ ਸਹਿਯੋਗ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਪਾਣੀ ਭਰੇ ਨੂੰ ਲਗਭਗ ਅਸੀਂ 19 ਤਰੀਕ ਤੋਂ ਇੱਥੇ ਬੈਠੇ ਹਾਂ, ਵਿੱਚੋਂ 3-4 ਦਿਨ ਪਾਣੀ ਘੱਟ ਗਿਆ ਸੀ, ਅਸੀਂ ਚਲੇ ਗਏ ਸੀ। ਕੁਛ ਵਲੰਟੀਅਰਾਂ ਨੇ ਅੰਦਰਲੇ ਪਾਸੇ ਟਰੈਕਟਰ ਚਲਾ ਕੇ ਪਾਣੀ ਕੱਢਿਆ ਵੀ ਸੀ, ਪਰ ਪਾਣੀ ਫਿਰ ਜਿਹੜਾ ਬਾਹਰਲੇ ਪਿੰਡਾਂ ਤੋਂ ਪਾਣੀ ਆ ਰਿਹਾ ਖੇਤਾਂ ਰਾਹੀਂ, ਉਹ ਫਿਰ ਪਾਣੀ ਭਰ ਜਾਂਦਾ ਹੈਗਾ।